कोविड-19 ਦੇ ਡਰ ਤੇ ਕਰਫਿਊ ਦੀਆਂ ਪਾਬੰਦੀਆਂ ਦਰਮਿਆਨ ਪੰਜਾਬ ਪੁਲਿਸ ਦੇ ਕਈ ਮੁਲਾਜ਼ਮਾਂ ਨੇ ਸੂਬੇ ਦੇ ਵੱਖ-ਵੱਖ ਹਿੱਸਿਆਂ ਵਿੱਚ ਮੁਸੀਬਤ ਵਿੱਚ ਫਸੇ ਲੋਕਾਂ ਦੀ ਮਦਦ ਕਰਨ, ਉਹਨਾਂ ਨੂੰ ਭੋਜਨ ਪਹੁੰਚਾਉਣ ਤੇ ਲੋੜ ਸਮੇਂ ਲੋਕਾਂ ਦੀ ਮਦਦ ਕਰਨ ਦਾ ਸ਼ਲਾਘਾਯੋਗ ਕੰਮ ਕੀਤਾ, ਜਿਸ ਨੂੰ ਵੇਖਦਿਆਂ ਪੰਜਾਬ ਦੇ ਪੁਲਿਸ ਮੁਖੀ ਵੱਲੋਂ ਅਜਿਹੇ ਪੁਲਿਸ ਕਰਮੀਆਂ ਨੂੰ ਸਨਮਾਨਿਤ ਕਰਨ ਦਾ ਫੈਸਲਾ ਕੀਤਾ ਗਿਆ ਹੈ। ਮੋਗਾ ਜ਼ਿਲ੍ਹੇ ਦੇ ASI ਬਿੱਕਰ ਸਿੰਘ ਅਤੇ ਕਾਂਸਟੇਬਲ ਸੁਖਜਿੰਦਰਪਾਲ ਸਿੰਘ ਵੀ ਵਿਸ਼ੇਸ਼ ਸਨਮਾਨ ਪ੍ਰਾਪਤ ਕਰਨ ਵਾਲਿਆਂ ਦੀ ਸੂਚੀ ਵਿੱਚ ਸ਼ਾਮਲ ਨੇ। ਪ੍ਰਸਾਰ ਭਾਰਤੀ ਦੇ ਮੋਗਾ ਸਥਿਤ ਪ੍ਰਤੀਨਿਧੀ ਨੇ ਦੱਸਿਆ ਕਿ ਇਹਨਾਂ ਦੋਵਾਂ ਮੁਲਾਜ਼ਮਾਂ ਨੇ ਇੱਕ ਗਰਭਵਤੀ ਮਹਿਲਾ ਦੀ ਦੇਰ ਰਾਤ ਮਦਦ ਕੀਤੀ ਅਤੇ ਮਹਿਲਾ ਨੇ ਇੱਕ ਸਿਹਤਮੰਦ ਬੱਚੇ ਨੂੰ ਜਨਮ ਦਿੱਤਾ। ਇਹਨਾਂ ਪੁਲਿਸ ਦੇ ਜਾਂਬਾਜ਼ ਮੁਲਾਜ਼ਮਾਂ ਦੀ ਸਹਾਇਤਾ ਕਾਰਨ ਮਹਿਲਾ ਅਤੇ ਉਸਦੇ ਬੱਚੇ ਦੀ ਜਾਨ ਬਚ ਸਕੀ। ਇਸ ਮਹਿਲਾ ਨੂੰ ਹਸਪਤਾਲਾਂ ਨੇ ਦਾਖਲ ਕਰਨ ਤੋਂ ਇਨਕਾਰ ਕਰ ਦਿੱਤਾ ਸੀ। ਜ਼ਿਲ੍ਹੇ ਦੇ SSP ਹਰਮਨਬੀਰ ਸਿੰਘ ਗਿੱਲ ਨੇ ਦੱਸਿਆ ਕਿ ਇਹਨਾਂ ਮੁਲਾਜ਼ਮਾਂ ਦੀਆਂ ਲੋਕਾਂ ਪ੍ਰਤੀ ਸੇਵਾਵਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਵਿਸ਼ੇਸ਼ ਪੁਲਿਸ ਸਨਮਾਨ ਦੇਣ ਨਾਲ ਇਹਨਾਂ ਦੀ ਹੌਸਲਾ ਅਫਜ਼ਾਈ ਹੋਵੇਗੀ। ਇਹ 2-3 ਤਰੀਕ ਦੀ ਦਰਮਿਆਨੀ ਰਾਤ ਦੀ ਗੱਲ ਆ ਕਿ ਇੱਕ ਪ੍ਰੈਗਨੈਂਟ ਵੂਮਨ ਆਪਣੇ ਭਰਾ ਦੇ ਨਾਲ ਇੱਕ ਸਕੂਟਰ 'ਤੇ ਜਿਹੜੀ ਹੈਗੀ ਉਹ ਨਿਕਲੀ ਸੀ ਆਪਣੇ ਘਰੋਂ। ਉਹਨੇ ਪਹਿਲਾਂ ਸਰਕਾਰੀ ਹੋਸਪਿਟਲ ਵੀ ਗਈ, ਉੱਥੇ ਕਿਸੇ ਨੇ ਦਰਵਾਜ਼ਾ ਨਹੀਂ ਖੋਲ੍ਹਿਆ, ਨਾ ਹੀ ਕਿਸੇ ਨੇ ਉਹਨਾਂ ਨੂੰ ਅਟੈਂਡ ਕੀਤਾ। ਉਸ ਤੋਂ ਬਾਅਦ ਉਹਨੇ ਪ੍ਰਾਈਵੇਟ ਹੋਸਪਿਟਲ, ਪ੍ਰਾਈਵੇਟ ਕਲੀਨਿਕਸ 'ਤੇ ਵੀ ਜਾ ਕੇ ਦਰਵਾਜ਼ੇ ਖੜਕਾਏ, ਪਰ ਕਿਸੇ ਨੇ ਕੋਈ ਅਟੈਂਡ ਨਹੀਂ ਕੀਤਾ। ਇੱਥੋਂ ਤੱਕ ਇੱਕ ਡਾਕਟਰ ਨੇ ਤਾਂ ਉਹਨੂੰ ਇਹ ਵੀ ਕਹਿ ਦਿੱਤਾ ਪ੍ਰਾਈਵੇਟ ਨੇ ਵੀ ਕਰੋਨਾ ਵਾਇਰਸ ਦੇ ਚੱਲਦਿਆਂ ਅਸੀਂ ਆਪਦਾ ਦਰਵਾਜ਼ਾ ਨਹੀਂ ਖੋਲ੍ਹ ਸਕਦੇ। ਅਤੇ ਰਸਤੇ ਦੇ ਵਿੱਚ ਜਦੋਂ ਜਾ ਰਹੇ ਸਾਡੇ PCR ਦੇ 2 ਨੌਜਵਾਨ ਸੀ, ਉਹਨਾਂ ਨੇ ਉਹਨਾਂ ਨੂੰ ਰੋਕਿਆ ਚੈਕਿੰਗ ਵਾਸਤੇ, ਅਤੇ SI ਬਿੱਕਰ ਸਿੰਘ ਅਤੇ ਕਾਂਸਟੇਬਲ ਸੁਖਜਿੰਦਰ ਸਿੰਘ, ਉਹਨਾਂ ਦੋਨਾਂ ਨੇ ਜਦੋਂ ਉਹਨਾਂ ਨੂੰ ਪੁੱਛਿਆ, ਉਹ ਕਹਿੰਦੇ ਵੀ ਲੜਕੀ ਇਹਦੇ ਲੀਵਰ ਪੇਨਸ ਹੋ ਰਹੀਆਂ। ਉਹਦੇ ਭਰਾ ਨੇ ਦੱਸਿਆ ਵੀ ਇਹ ਬੜਾ ਜਿਹੜਾ ਹੈਗਾ ਵਾ ਸੀਰੀਅਸ ਕੇਸ ਆ, ਅਤੇ ਬੱਚੇ ਦੀ ਡਿਲੀਵਰੀ ਜਿਹੜੀ ਆ ਉਹ ਕਿਸੇ ਵੇਲੇ ਵੀ ਹੋ ਸਕਦੀ ਹੈ। ਇਹਨਾਂ ਮੁੰਡਿਆਂ ਨੇ ਇੱਕ ਇਨਸਾਨੀਅਤ ਦਾ ਬਹੁਤ ਵਧੀਆ ਮਤਲਬ ਰੋਲ ਪਲੇਅ ਕੀਤਾ। ਇਹਨਾਂ ਨੇ ਉਸੇ ਵੇਲੇ ਹੀ ਨਾਲ ਦੀ ਜਿਹੜੀ ਲੋਕੈਲਿਟੀ ਸੀ ਉੱਥੋਂ ਕੋਈ ਚੰਗੀਆਂ ਲੇਡੀਜ਼ ਜਿਹੜੀਆਂ ਬਜ਼ੁਰਗ ਅਤੇ ਸਿਆਣੀਆਂ ਲੇਡੀਜ਼ ਸੀ ਉਹਨਾਂ ਨੂੰ ਬੁਲਾਇਆ, ਉਹਨਾਂ ਦੀ ਹੈਲਪ ਲਈ, ਕੰਬਲ ਦਾ ਇੰਤਜ਼ਾਮ ਕੀਤਾ, ਤਖ਼ਤ ਪੋਸ਼ ਦਾ ਇੰਤਜ਼ਾਮ ਕੀਤਾ, ਹੋਰ ਚਾਦਰਾਂ ਵਗੈਰਾ ਦਾ ਇੰਤਜ਼ਾਮ ਕਰਕੇ, ਅਤੇ ਸੜਕ ਦੇ ਮਤਲਬ ਉੱਥੇ ਬਾਹਰ ਹੀ ਜਿਹੜਾ ਉਸ ਲੇਡੀ ਨੂੰ ਲਟਾਇਆ ਗਿਆ। ਔਰ ਉਸ ਤੋਂ ਬਾਅਦ ਇਹਨਾਂ ਨੇ ਲਾਈਟ ਦਾ ਕੋਈ ਮੋਟਰਸਾਈਕਲ ਦੀ ਲਾਈਟ, ਮੋਬਾਈਲਸ ਦੀਆਂ ਲਾਈਟਾਂ ਦੀ ਰੋਸ਼ਨੀ ਦੇ ਵਿੱਚ ਉਸ ਜਿਹੜੀਆਂ ਲੇਡੀ ਸੀ ਉਹਨਾਂ ਨੂੰ ਸਾਰਾ ਅਸਿਸਟ ਕਰਦੇ ਹੋਏ, ਗਾਈਡ ਕਰਦੇ ਹੋਏ, ਉਹਨਾਂ ਨੂੰ ਤਸੱਲੀ ਦਿੰਦਿਆਂ ਹੋਇਆ ਇਹਨਾਂ ਨੇ ਜਿਹੜਾ ਹੈਗਾ ਵਾ ਉਹ ਜਿਹੜੀ ਡਿਲੀਵਰੀ ਉਹ ਕਰਾਈ ਉਸ ਲੇਡੀ ਨੂੰ ਬਾਹਰ ਬੈਂਚ ਦੇ ਉੱਤੇ।